ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਸੌਂਗ ਦੇ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਸੀ ਕਿ ਕੁਝ ਗਾਣੇ ਦਿਲੋਂ ਲਿਖੇ ਜਾਂਦੇ ਨੇ ਜੋ ਦਿਲੋਂ ਹੀ ਗਾਏ ਜਾਂਦੇ ਨੇ ਕਮਰਸ਼ੀਅਲ ਤੋਂ ਹਟ ਕੇ ਉਹ ਗੀਤ ਜਿਹੜੇ ਤੁਹਾਡੇ ਦਿਲਾਂ ਤੱਕ ਪਹੁੰਚਦੇ ਨੇ ਤੇ ਇਹ ਅਸੀਂ ਕਿਹਾ ਸੀ ਪੰਜਾਬੀ 뮤직 ਇੰਡਸਟਰੀ ਦੇ ਡਾਇਮੰਡ ਸਟਾਰ ਗੁਰਨਾਮ ਭੁੱਲਰ ਦੇ ਅਪਕਮਿੰਗ ਸੌਂਗ ਮੇਰਾ ਹਾਲ ਦੇ ਬਾਰੇ ਤੇ ਅੱਜ ਅਸੀਂ ਹਾਜ਼ਰ ਹੋਏ ਹਾਂ ਇਸੇ ਸੌਂਗ ਦੇ ਨਾਲ ਰਿਲੇਟਡ ਇੱਕ ਹੋਰ ਅਪਡੇਟ ਦੇ ਨਾਲ ਉਹ ਅਪਡੇਟ ਕੀ ਹੈ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਜੇਕਰ ਤੁਸੀਂ ਇਸ ਖਬਰ ਨੂੰ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਪੰਜਾਬੀ ਬਾਕਸ ਨੂੰ ਲਾਈਕ ਐਂਡ ਫੋਲੋ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਇਸ ਖਬਰ ਨੂੰ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਪੰਜਾਬੀ ਬਾਕਸ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਅਤੇ ਹੁਣ ਗੱਲ ਕਰਦੇ ਹਾਂ ਗੁਰਨਾਮ ਭੁੱਲਰ ਦੇ ਅਪਕਮਿੰਗ ਸੌਂਗ ਮੇਰਾ ਹਾਲ ਦੇ ਉਸ ਅਪਡੇਟ ਦੇ ਬਾਰੇ ਵੈਲ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਹਾਲ ਹੀ ਦੇ ਵਿੱਚ ਗੁਰਨਾਮ ਭੁੱਲਰ ਦੇ ਇਸ ਅਪਕਮਿੰਗ ਸੌਂਗ ਮੇਰਾ ਹਾਲ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਕਿ ਗੁਰਨਾਮ ਭੁੱਲਰ ਨੇ ਸ਼ੇਅਰ ਕੀਤਾ ਸੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਇੱਕ ਲੇਟੈਸਟ ਪੋਸਟ ਦੇ ਰਾਹੀਂ ਸਭ ਤੋਂ ਪਹਿਲਾਂ ਚੈੱਕ ਕਰੋ ਇਸ ਸੌਂਗ ਦੇ ਟੀਜ਼ਰ ਦੇ ਕੁਝ ਇੰਟਰਸਟਿੰਗ ਪਿਕਚਰਸ ਬਹੁਤ ਹੀ ਇਮੋਸ਼ਨਲ ਹੈ ਜਿਸ ਦੀ ਸ਼ੁਰੂਆਤ ਹੁੰਦੀ ਹੈ ਸ਼ਾਇਰੀ ਦੇ ਨਾਲ ਇਸ ਸੌਂਗ ਦੇ ਟੀਜ਼ਰ ਦੇ ਵਿੱਚ ਇਸ ਸੌਂਗ ਦੇ ਵੀਡੀਓ ਤੋਂ ਕੁਝ ਇੰਟਰਸਟਿੰਗ ਸ਼ਾਰਟਸ ਦਿਖਾਏ ਗਏ ਨੇ ਇਸੇ ਦੇ ਨਾਲ ਜੇਕਰ ਗੱਲ ਕਰੀਏ ਇਸ ਸੌਂਗ ਦੇ ਕ੍ਰੈਡਿਟ ਦੀ ਤਾਂ ਸੌਂਗ ਨੂੰ ਗਾਇਆ ਹੈ ਗੁਰਨਾਮ ਭੁੱਲਰ ਨੇ ਜਿਸ ਨੂੰ ਲਿਖਿਆ ਹੈ ਕੈਵੀ ਰਿਆਜ਼ ਨੇ ਸੌਂਗ ਨੂੰ ਮਿਊਜ਼ਿਕ ਦਿੱਤਾ ਹੈ ਰੌਕਸ ਏ ਨੇ ਅਤੇ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਜੇਸੀ ਸੈਣੀ ਨੇ ਗੁਰਨਾਮ ਭੁੱਲਰ ਦਾ ਇਹ ਅਪਕਮਿੰਗ ਸੌਂਗ ਮੇਰਾ ਹਾਲ ਇੱਕ ਸੈਡ ਸੌਂਗ ਹੋਣ ਵਾਲਾ ਹੈ ਜੋ ਕਿ ਰਿਲੀਜ਼ ਹੋਵੇਗਾ 22 ਜੁਲਾਈ ਨੂੰ ਜਸਟ ਰੈਕਡਸ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਹੁਣ ਇਹੀ ਸਭ ਸੁਣਦੇ ਹੋਏ ਤੁਸੀਂ ਸਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਸੌਂਗ ਦਾ ਟੀਜ਼ਰ ਕਿੱਦਾਂ ਦਾ ਲੱਗਾ ਹੈ ਅਤੇ ਤੁਸੀਂ ਕਿੰਨੇ ਐਕਸਾਈਟਿਡ ਹੋ ਗੁਰਨਾਮ ਭੁੱਲਰ ਦੇ ਇਸ ਅਪਕਮਿੰਗ ਸੌਂਗ ਮੇਰਾ ਹਾਲ ਨੂੰ ਸੁਣਨ ਦੇ ਲਈ ਜੇਕਰ ਇਹ ਖਬਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨਾਲ ਰਿਲੇਟਡ ਇਹੋ ਜਿਹੀ ਹੋਰ ਅਪਡੇਟਸ ਜਾਣਨਾ ਚਾਹੁੰਦੇ ਹੋ ਫਿਰ ਸਬਸਕ੍ਰਾਈਬ ਕਰੋ ਸਾਡਾ ਚੈਨਲ ਪੰਜਾਬੀ ਬਾਕਸ ਸਤਿ ਸ਼੍ਰੀ ਅਕਾਲ